ਲੋਹਾ ਮੰਡੀ ਗੋਬਿੰਦਗੜ੍ਹ ਦੇ ਵਿੱਚ ਇੱਕ ਭਿਆਨਕ ਹਾਦਸਾ ਹੋਇਆ। ਲੋਹਾ ਫੈਕਟਰੀ ਦੇ ਵਿੱਚ ਪਿਘਲਦੇ ਹੋਏ ਲੋਹੇ ਦੇ ਵਿੱਚ ਮਸ਼ੀਨ ਦੀ ਚੇਨ ਟੁੱਟ ਕੇ ਡਿੱਗ ਪਈ ਔਰ ਪਿਘਲਿਆ ਹੋਇਆ ਲੋਹਾ ਆਲੇ ਦੁਆਲੇ ਡਿੱਗ ਪਿਆ, ਜਿਸ ਦੇ ਨਾਲ 6 ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ। ਮਸ਼ੀਨ ਦੀ ਚੇਨ ਟੁੱਟ ਕੇ ਪਿਘਲਦੇ ਹੋਏ ਲੋਹੇ ਭਾਵ ਕਿ ਭੱਠੀ ਦੇ ਵਿੱਚ ਡਿੱਗ ਪਈ ਔਰ 6 ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸਦੇ ਕਿ ਸਕ੍ਰੈਪ ਪਿਘਲਾਉਣ ਦਾ ਕੰਮ ਚੱਲ ਰਿਹਾ ਸੀ, ਅਚਾਨਕ ਉੱਪਰ ਤੋਂ ਮਸ਼ੀਨ ਦੀ ਚੇਨ ਟੁੱਟ ਕੇ ਭੱਠੀ ਦੇ ਵਿੱਚ ਡਿੱਗ ਪਈ। ਇਸ ਦੌਰਾਨ ਪਿਘਲਿਆ ਹੋਇਆ ਲੋਹਾ ਮਜ਼ਦੂਰਾਂ ਦੇ ਉੱਪਰ ਡਿੱਗ ਪਿਆ ਔਰ ਇਸ ਭੱਠੀ ਦੇ ਵਿੱਚ ਸਕ੍ਰੈਪ ਪਿਘਲਾਇਆ ਜਾ ਰਿਹਾ ਸੀ, ਜਿਸ ਮੌਕੇ ਇਹ ਭਿਆਨਕ ਹਾਦਸਾ ਹੋਇਆ। 2 ਦੀ ਹਾਲਤ ਗੰਭੀਰ ਹੁੰਦੀ ਦੇਖ ਉਹਨਾਂ ਨੂੰ ਲੁਧਿਆਣਾ ਦੇ DMC ਦੇ ਵਿੱਚ ਰੈਫਰ ਕੀਤਾ ਗਿਆ। 6 ਮਜ਼ਦੂਰ ਬੁਰੀ ਤਰ੍ਹਾਂ ਝੁਲਸ ਚੁੱਕੇ ਨੇ। ਇਹ ਹਾਦਸਾ ਮੰਡੀ ਗੋਬਿੰਦਗੜ੍ਹ ਦੀ CS ਕਾਸਟਿੰਗ ਪ੍ਰਾਈਵੇਟ ਫਰਨਸ ਇਕਾਈ ਦੇ ਵਿੱਚ ਹੋਇਆ। ਰਾਸਾ ਟੁੱਟ ਗਿਆ ਸਾ ਕਰੇਨ ਕਾ। ਅੱਛਾ, ਤੋ ਫਿਰ ਇਹ ਬਰਨਿੰਗ ਕੈਸੇ ਹੋਈ ਹੈ? ਉਹ ਨੀਚੇ ਕੋ ਪਲਟੀ ਹੋ ਗਿਆ, ਸਭ ਛਿੱਟਾ ਪਰਿਆ ਸਾਰਾ ਸੀ। ਕਿੰਨੇ ਲੋਕ ਥੇ ਯਹਾਂ ਪੇ? ਬਹੁਤ ਆਦਮੀ ਸੀ, ਬਾਕੀ ਬਚ ਗਏ, ਬਾਕੀ ਦੋ ਸੀਰੀਅਸ, ਤਿੰਨ ਚਾਰ ਪੰਜ ਆਦਮੀ ਦੇ ਪੰਜ ਲੋਕ ਆਪ ਯਹਾਂ ਥੇ। ਤੇ ਉੱਥੇ ਇੱਕ ਹਾਦਸਾ ਹੋਇਆ ਸਵੇਰੇ, ਤੇ ਉੱਥੇ ਬਰਨ ਇੰਜਰੀਜ਼ ਦੇ ਨਾਲ ਸਾਡੇ ਕੋਲੇ ਪੇਸ਼ੈਂਟ ਆਏ ਨੇ, ਜੋ 5 ਪੇਸ਼ੈਂਟਸ ਪਹੁੰਚੇ ਸਾਡੇ ਕੋਲੇ। ਉਹਨਾਂ 'ਚੋਂ 2 ਦੇ ਬਰਨ ਇੰਜਰੀਜ਼ ਕਾਫੀ ਜ਼ਿਆਦਾ ਹੈਗੀਆਂ। ਇੱਕ ਦੇ ਸਾਡੇ ਕੋਲ ਉਮੇਸ਼ ਕੁਮਾਰ ਆ, ਉਹਦੇ 54% ਬਰਨ ਹੈ। ਇੱਕ ਰਵਿੰਦਰ ਆ, ਉਹਦੇ 74% ਆ। ਅਤੇ ਇਹਨਾਂ ਨੂੰ ਫਸਟ ਏਡ ਸਾਰੇ ਦੇ ਕੇ ਅਸੀਂ ਜੋ ਵੀ ਇਹਨਾਂ ਦੀ ਮੱਲਮ ਪੱਟੀ ਸੀ, ਡ੍ਰਿਪ ਵਗੈਰਾ ਸ਼ੁਰੂ ਕਰਕੇ ਇੰਜੈਕਸ਼ਨ ਲਾ ਕੇ ਇਹਨਾਂ ਨੂੰ ਰੈਫਰ ਕਰਤਾ ਹਾਇਰ ਸੈਂਟਰ 'ਤੇ। ਅਤੇ 3 ਪੇਸ਼ੈਂਟ ਹੋਰ ਸੀ, ਟੋਟਲ 5 ਨੇ। ਔਰ ਜਿਹੜੇ ਦੂਜੇ ਨੇ ਉਹਨਾਂ ਦੇ ਵੀ ਇੰਜਰੀਜ਼ ਤਾਂ, ਬਰਨ ਇੰਜਰੀਜ਼ ਤਾਂ ਹੈ, ਲੇਕਿਨ ਕੰਪੈਰੇਟਿਵਲੀ ਘੱਟ ਨੇ। ਅਤੇ ਜਿਹੜੇ ਜ਼ਿਆਦਾ ਸੀਰੀਅਸ ਸੀਗੇ, ਜ਼ਿਆਦਾ ਇੰਜਰੀਜ਼ ਵਾਲੇ, ਉਹਨਾਂ ਨੂੰ ਅਸੀਂ ਰੈਫਰ ਕਰਤਾ। ਹਾਂ, ਅਤੇ ਇਹਨਾਂ ਦਾ ਫਿਲਹਾਲ ਇੱਥੇ ਸਾਡੇ ਕੋਲ ਅੱਗੇ ਇੱਥੇ ਮੈਨੇਜ ਹੋਣ ਵਾਲੇ ਹੈਗੇ, ਉਹ ਹੋ ਜਾਣਗੇ। ਜੇ ਸਾਨੂੰ ਲੱਗੂਗਾ ਵੀ ਅੱਗੇ ਹੈ, ਫਿਰ ਦੇਖ ਲਾਂਗੇ ਉਹਦੇ ਹਿਸਾਬ। ਠੀਕ ਹੈ। CS ਕਾਸਟਿੰਗ ਫਰਨਸ ਹੈ, ਉਹਦੇ ਵਿੱਚ ਕੋਈ ਮਕੈਨੀਕਲ ਫਾਲਟ ਦੇ ਕਾਰਨ ਲੱਗਦਾ ਕਿ ਉੱਪਰੋਂ ਹਾਦਸਾ ਹੋਇਆ। ਉਹਦੇ ਵਿੱਚ 6 ਬੰਦੇ ਇੰਜਰਡ ਹੋਏ ਆ, ਬਾਕੀ ਜਾਂਚ ਜਾਰੀ ਹੈ, ਦੇਖਦੇ ਹਾਂ ਜੋ ਵੀ ਅੱਗੇ ਸਾਹਮਣੇ ਆਏਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਏ। ਲੋਹਾ ਮੰਡੀ ਗੋਬਿੰਦਗੜ੍ਹ ਦੇ ਵਿੱਚ ਇੱਕ ਭਿਆਨਕ ਹਾਦਸਾ ਹੋਇਆ। ਲੋਹਾ ਫੈਕਟਰੀ ਦੇ ਵਿੱਚ ਪਿਘਲਦੇ ਹੋਏ ਲੋਹੇ ਦੇ ਵਿੱਚ ਮਸ਼ੀਨ ਦੀ ਚੇਨ ਟੁੱਟ ਕੇ ਡਿੱਗ ਪਈ ਔਰ ਪਿਘਲਿਆ ਹੋਇਆ ਲੋਹਾ ਆਲੇ ਦੁਆਲੇ ਡਿੱਗ ਪਿਆ, ਜਿਸ ਦੇ ਨਾਲ 6 ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ। ਮਸ਼ੀਨ ਦੀ ਚੇਨ ਟੁੱਟ ਕੇ ਪਿਘਲਦੇ ਹੋਏ ਲੋਹੇ ਭਾਵ ਕਿ ਭੱਠੀ ਦੇ ਵਿੱਚ ਡਿੱਗ ਪਈ ਔਰ 6 ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸਦੇ ਕਿ ਸਕ੍ਰੈਪ ਪਿਘਲਾਉਣ ਦਾ ਕੰਮ ਚੱਲ ਰਿਹਾ ਸੀ, ਅਚਾਨਕ ਉੱਪਰ ਤੋਂ ਮਸ਼ੀਨ ਦੀ ਚੇਨ ਟੁੱਟ ਕੇ ਭੱਠੀ ਦੇ ਵਿੱਚ ਡਿੱਗ ਪਈ। ਇਸ ਦੌਰਾਨ ਪਿਘਲਿਆ ਹੋਇਆ ਲੋਹਾ ਮਜ਼ਦੂਰਾਂ ਦੇ ਉੱਪਰ ਡਿੱਗ ਪਿਆ ਔਰ ਇਸ ਭੱਠੀ ਦੇ ਵਿੱਚ ਸਕ੍ਰੈਪ ਪਿਘਲਾਇਆ ਜਾ ਰਿਹਾ ਸੀ, ਜਿਸ ਮੌਕੇ ਇਹ ਭਿਆਨਕ ਹਾਦਸਾ ਹੋਇਆ। 2 ਦੀ ਹਾਲਤ ਗੰਭੀਰ ਹੁੰਦੀ ਦੇਖ ਉਹਨਾਂ ਨੂੰ ਲੁਧਿਆਣਾ ਦੇ DMC ਦੇ ਵਿੱਚ ਰੈਫਰ ਕੀਤਾ ਗਿਆ। 6 ਮਜ਼ਦੂਰ ਬੁਰੀ ਤਰ੍ਹਾਂ ਝੁਲਸ ਚੁੱਕੇ ਨੇ। ਇਹ ਹਾਦਸਾ ਮੰਡੀ ਗੋਬਿੰਦਗੜ੍ਹ ਦੀ CS ਕਾਸਟਿੰਗ ਪ੍ਰਾਈਵੇਟ ਫਰਨਸ ਇਕਾਈ ਦੇ ਵਿੱਚ ਹੋਇਆ। ਰਾਸਾ ਟੁੱਟ ਗਿਆ ਸਾ ਕਰੇਨ ਕਾ। ਅੱਛਾ, ਤੋ ਫਿਰ ਇਹ ਬਰਨਿੰਗ ਕੈਸੇ ਹੋਈ ਹੈ? ਉਹ ਨੀਚੇ ਕੋ ਪਲਟੀ ਹੋ ਗਿਆ, ਸਭ ਛਿੱਟਾ ਪਰਿਆ ਸਾਰਾ ਸੀ। ਕਿੰਨੇ ਲੋਕ ਥੇ ਯਹਾਂ ਪੇ? ਬਹੁਤ ਆਦਮੀ ਸੀ, ਬਾਕੀ ਬਚ ਗਏ, ਬਾਕੀ ਦੋ ਸੀਰੀਅਸ, ਤਿੰਨ
ਉੱਥੇ ਇੱਕ ਹਾਦਸਾ ਹੋਇਆ ਸਵੇਰੇ, ਅਤੇ ਉੱਥੇ ਬਰਨ ਇੰਜਰੀਜ਼ ਦੇ ਨਾਲ ਸਾਡੇ ਕੋਲ ਪੇਸ਼ੈਂਟ ਆਏ ਨੇ, ਜੋ 5 ਪੇਸ਼ੈਂਟਸ ਪਹੁੰਚੇ ਸਾਡੇ ਕੋਲ, ਉਹਨਾਂ 'ਚੋਂ 2 ਦੇ ਬਰਨ ਇੰਜਰੀਜ਼ ਕਾਫੀ ਜ਼ਿਆਦਾ ਹੈਗੀਆਂ। ਇੱਕ ਦੇ ਸਾਡੇ ਕੋਲ ਉਮੇਸ਼ ਕੁਮਾਰ ਆ, ਉਹਦੇ 54% ਬਰਨ ਹੈ, ਇੱਕ ਰਵਿੰਦਰ ਆ, ਉਹਦੇ 74% ਆ। ਅਤੇ ਇਹਨਾਂ ਨੂੰ ਫਸਟ ਏਡ ਸਾਰੇ ਦੇ ਕੇ ਅਸੀਂ ਜੋ ਵੀ ਇਹਨਾਂ ਦੀ ਮੱਲਮ ਪੱਟੀ ਸੀ, ਡ੍ਰਿਪ ਵਗੈਰਾ ਸ਼ੁਰੂ ਕਰਕੇ ਇੰਜੈਕਸ਼ਨ ਲਾ ਕੇ ਇਹਨਾਂ ਨੂੰ ਰੈਫਰ ਕਰਤਾ ਹਾਇਰ ਸੈਂਟਰ 'ਤੇ। ਅਤੇ 3 ਪੇਸ਼ੈਂਟ ਹੋਰ ਸੀ, ਟੋਟਲ 5 ਨੇ, ਉਹ ਜਿਹੜੇ ਦੂਜੇ ਨੇ ਉਹ ਉਹਨਾਂ ਦੇ ਵੀ ਇੰਜਰੀਜ਼ ਤਾਂ, ਬਰਨ ਇੰਜਰੀਜ਼ ਤਾਂ ਹੈ ਲੇਕਿਨ ਕੰਪੈਰੇਟਿਵਲੀ ਘੱਟ ਨੇ। ਅਤੇ ਜਿਹੜੇ ਜ਼ਿਆਦਾ ਸੀਰੀਅਸ ਸੀਗੇ, ਜ਼ਿਆਦਾ ਇੰਜਰੀਜ਼ ਵਾਲੇ, ਉਹਨਾਂ ਨੂੰ ਅਸੀਂ ਰੈਫਰ ਕਰਤਾ। ਹਾਂ, ਤਿੰਨਾਂ ਦਾ ਫਿਲਹਾਲ ਇੱਥੇ ਸਾਡੇ ਕੋਲ, ਇੱਥੇ ਮੈਨੇਜ ਹੋਣ ਵਾਲੇ ਹੈਗੇ, ਉਹ ਹੋ ਜਾਣਗੇ ਜੇ ਸਾਨੂੰ ਲੱਗੂਗਾ ਵੀ ਅੱਗੇ ਹੈ, ਫਿਰ ਦੇਖ ਲਾਂਗੇ ਉਹਦੇ ਹਿਸਾਬ 'ਚ। ਠੀਕ ਹੈ। CS ਕਾਸਟਿੰਗ ਫਰਨਸ ਹੈ, ਉਹਦੇ ਵਿੱਚ ਕੋਈ ਮਕੈਨੀਕਲ ਫਾਲਟ ਦੇ ਕਾਰਨ ਲੱਗਦਾ ਕਿ ਉੱਪਰੋਂ ਹਾਦਸਾ ਹੋਇਆ, ਉਹਦੇ ਵਿੱਚ 6 ਬੰਦੇ ਇੰਜਰਡ ਹੋਏ ਆ, ਬਾਕੀ ਜਾਂਚ ਜਾਰੀ ਆ, ਦੇਖਦੇ ਹਾਂ ਜੋ ਵੀ ਅੱਗੇ ਸਾਹਮਣੇ ਆਏਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਏ।